ਪੰਜਾਬ ਸਰਕਾਰ ਮੁਰਦਾਬਾਦ ਪੇ ਕਮਿਸ਼ਨ ਰੱਦ ਕਰੋ ਪੇ ਕਮਿਸ਼ਨ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੇ ਕਮਿਸ਼ਨ ਰੱਦ ਕਰੋ ਪੇ ਕਮਿਸ਼ਨ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੇ ਕਮਿਸ਼ਨ ਰੱਦ ਕਰੋ ਪੇ ਕਮਿਸ਼ਨ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਧਰਨਾ ਸਰਕਾਰ ਦਾ ਮਾਧਿਅਮ ਬਣਾ ਰਹੇ ਹਾਂ ਅਸੀਂ ਅੱਜ ਧਰਨੇ 'ਤੇ ਬਹਿ ਕੇ, ਕਿਉਂਕਿ ਸਰਕਾਰ ਨੇ ਸਾਨੂੰ ਜਿਹੜਾ ਪੇ ਕਮਿਸ਼ਨ ਦਿੱਤਾ, ਜਿਹੜਾ ਤਾਂ 2006 'ਚ ਦੇਣਾ ਸੀ, 2016 'ਚ ਦੇਣਾ ਸੀ, ਹੁਣ 2021 'ਚ ਦੇ ਰਹੇ ਹਾਂ। ਪਹਿਲਾਂ ਤਾਂ ਪਹਿਲਾਂ ਹੀ ਲੇਟ ਦੇ ਰਹੇ ਹਾਂ। ਫਿਰ ਦੂਜਾ ਜਦੋਂ ਦਿੱਤਾ ਪੇ ਕਮਿਸ਼ਨ, ਤਾਂ ਸਾਡੀਆਂ ਜਿਹੜੀਆਂ NPA ਇੱਕ ਮੇਜਰ ਇਸ਼ੂ ਆ ਸਾਡਾ, ਜਿਹੜਾ ਸਾਨੂੰ ਅਸੀਂ ਰਾਤੇ ਬਰਾਤੇ ਕੰਮ ਕਰਦੇ ਹਾਂ, ਔਨ ਡਿਊਟੀ ਕੰਮ ਕਰਦੇ ਹਾਂ, ਪੋਸਟਮਾਰਟਮ ਕਰਦੇ ਹਾਂ ਜਾਂ ਐਮਰਜੈਂਸੀ ਕਰਦੇ ਹਾਂ, 24 ਘੰਟੇ ਇੱਥੇ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਦੇਖਭਾਲ ਕਰਦੇ ਹਾਂ, ਉਹਦੇ ਵਿੱਚ ਦਿੱਤਾ ਜਾਂਦਾ ਵਾ, ਜਿਹੜਾ ਸਾਡੀ ਲੰਮੀ ਪੜ੍ਹਾਈ ਵਾਸਤੇ ਵੀ ਹੁੰਦਾ, ਜਿਹੜੇ ਮਤਲਬ ਅਤੇ ਉਹ ਸਾਨੂੰ ਘਟਾ ਕੇ ਉਹਦਾ 20% ਕਰ ਦਿੱਤਾ, 25% ਤੋਂ ਘੱਟ। ਦੂਜਾ ਜਿਹੜਾ ਮੇਜਰ ਇਸ਼ੂ ਆ ਉਹ ਸਾਨੂੰ ਡੀਲਿੰਕ ਕਰਤਾ, ਸਾਡਾ ਜਿਹੜਾ ਅੱਗੇ ਬੇਸਿਕ ਪੇ ਸਾਡੀ NPA ਵਿੱਚ ਪਾ ਕੇ ਬਣਦੀ ਸੀ, ਜਿਹੜੀ ਹੁਣ ਉਹਨੂੰ ਡੀਲਿੰਕ ਕਰਕੇ ਸਾਡਾ ਇੱਕ ਅਲਾਊਂਸ ਬਣਾ ਤਾ ਇਹਨੇ, ਉਹਦੇ ਵਿੱਚ ਸਾਡੇ ਸਾਰੇ ਜਿੰਨੇ ਵੀ ਪੱਤੇ ਆ, ਕਿਸੇ ਵੀ ਤਰ੍ਹਾਂ ਦੇ ਪੱਤੇ, ਹਾਊਸ ਰੈਂਟ ਵਗੈਰਾ ਸਾਰੇ ਘੱਟ ਗਏ ਆ, ਅਤੇ ਸਾਡੀ ਪੈਨਸ਼ਨ ਵੀ 20% ਘੱਟ ਜਾਣੀ ਆ। ਅਤੇ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਲਾਮ ਕਰ ਆਪਣਾ ਹੱਕ ਉਠਾਉਣ ਵਾਸਤੇ, ਮੰਗਾਂ ਉਠਾਉਣ ਵਾਸਤੇ, ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਇੱਕ ਸਟ੍ਰਾਈਕ ਕਰਦੀ। ਸਰ ਇਹ ਧਰਨਾ ਤੁਹਾਡਾ ਕਿੰਨੀ ਦੇਰ ਤੱਕ ਚੱਲੂਗਾ ਜੀ? ਫਿਲਹਾਲ ਤਾਂ ਅੱਜ ਦੀ ਸਟ੍ਰਾਈਕ ਆ, ਜੇ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਇੱਟ ਸਿੱਕਟ ਕਹਿਣ ਵੀ ਘੰਟੀ ਹੋ, ਮਤਲਬ ਅੱਗੇ ਵੀ ਵੱਧ ਸਕਦਾ ਜੇ ਨਹੀਂ ਮੰਨਦੀ ਸਰਕਾਰ। ਇਹ ਜਾਣੀ ਕਿ ਤੁਹਾਨੂੰ ਇਹ ਫਲ ਦਿੱਤਾ ਗਿਆ ਵੀ ਜਿਹੜਾ ਤੁਸੀਂ ਕੋਵਿਡ ਦੇ ਵਿੱਚ ਤੁਸੀਂ ਲੋਕ ਸੇਵਾ ਕੀਤੀ ਹੈ। ਕੋਵਿਡ ਦੇ ਵਿੱਚ ਸਾਰੀ ਜਨਤਾ ਜਾਣਦੀ ਹੈ ਕਿ ਡਾਕਟਰਾਂ ਨੇ, ਸਟਾਫ ਨੇ ਕਿੰਨਾ ਕੰਮ ਕੀਤਾ, ਸਰਕਾਰ ਨੇ ਸਾਨੂੰ ਇਹ ਇਨਾਮ ਦਿੱਤਾ ਵਾ ਵੀ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਹਨਾਂ ਨੂੰ ਡੀਮੋਰਲੇਲਾਈਜ਼ ਕਰ ਲਈ ਆ, ਤਾਂ ਕਿ ਆਪਣੀਆਂ ਇਹ ਚਾਹੁੰਦੀ ਆ, ਸਰਕਾਰ ਚਾਹੁੰਦੀ ਆ ਵੀ ਇੱਕ ਡਿਪਾਰਟਮੈਂਟ ਖਤਮ ਹੋ ਜਾਵੇ, ਡਾਕਟਰ ਸਾਰੇ ਛੱਡ ਜਾਣ ਡਿਊਟੀ ਆ, ਅਤੇ ਤਾਂ ਕਰਕੇ ਇਹ ਮਤਲਬ ਕਹਿਣ ਦਾ ਇਹ ਹੈਗਾ ਜੀ, ਮਤਲਬ ਕਿ ਪ੍ਰਾਈਵੇਟ ਅਦਾਰਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ। ਬਿਲਕੁਲ, ਸਰਕਾਰ ਦੀ ਮਨਸ਼ਾ ਇਹੀ ਲੱਗਦੀ ਆ ਵੀ ਸਰਕਾਰ ਜਿਹੜੀ ਪਬਲਿਕ ਸੈਕਟਰ ਆ, ਮੈਡੀਕਲ ਵੀ ਡਾਕਟਰ ਸਾਰੇ ਛੱਡ ਜਾਣਗੇ, ਪੇ ਕਮਿਸ਼ਨ ਦੀ ਰਿਪੋਰਟ ਇੱਦਾਂ ਦੀ ਦਿੱਤੀ ਆ ਵੀ ਡਾਕਟਰ ਸਾਰੇ ਛੱਡ ਜਾਣਗੇ ਅਤੇ ਪ੍ਰਾਈਵੇਟ ਸੈਕਟਰ। ਸਰ ਇਸ 'ਤੇ ਹੁਣ ਤੁਸੀਂ ਧਰਨੇ ਤੋਂ ਉੱਠ ਕੇ ਹੁਣ ਤੁਸੀਂ ਕਿਸੇ ਹੋਰ ਨੂੰ ਕੋਈ ਮੈਮੋਰੈਂਡਮ ਦੇਣ ਜਾਣਾ? ਪਹਿਲਾਂ ਵੀ ਇੱਕ ਆਪਣੇ SDM ਸਾਹਿਬ ਨੂੰ, ਪਰਸੋਂ ਵੀ ਮੈਮੋਰੈਂਡਮ ਦੇ ਕੇ ਜਾ ਰਿਹਾ, ਅੱਜ ਫਿਰ ਜਾਣਾ। ਥੈਂਕ ਯੂ ਸਰ, ਥੈਂਕ ਯੂ।